ਸਲਾਮ ਅਲਿਕਮ ਐਂਡ ਵੈਲਕਮ ਟੂ ਨਾਜ਼ੋ ਫੂਡ ਸਿਕਰਟਸ ਐਂਡ ਵਲੌਗਸ ਤੋ ਜੀ ਮੇਰੇ ਡਿਜੀਟਲ ਰਿਸ਼ਤੇਦਾਰੋ ਅੱਲਾ ਦੇ ਪਿਆਰੋ ਕੀ ਹਾਲ ਹੈ ਆਪ ਸਭ ਕੇ ਐ ਵੇਖੋ ਤੁਹਾਡੇ ਵਾਸਤੇ ਕਰੰਚੀ ਪਕੌੜਿਆਂ ਦੀ ਰੈਸਪੀ ਲੈ ਕੇ ਆ ਗਏ ਆ ਤੇ ਨਾਲ ਦਹੀਂ ਫੁਲਕੀਆਂ ਦੀ ਰੈਸਪੀ ਹੈ ਤੁਸੀਂ ਇਹ ਬਣਾਓ ਤੇ ਖਾਓ ਐ ਵੇਖੋ ए मैं अद्धे काम कर चुकी थ फिर मैंने याद आया है मेरा तो यूट्यूब का एक चैनल भी है फिर मैं अपना कैमरा ऑन किया तो फिर मैं जरा पालक पहले कट ली ए वेखो मास्टर शेफ़ टकनीक लगा के मैं आलू कट रही थी उसके बाद मैंने इसके अंदर प्याज काटा और दो तीन हरी मिर्चें काटी और ये मेरा टब भर के जो है ना सब्जियों का बन गया था ये थी हम लोगों के लिए ज़्यादा थी तो जो है ना फिर मैंने आधी जो सब्जियाँ थी ना वो मैंने डाल के रख ली शॉपर के अंदर है ਮੈਂ ਵੇਖਿਆ ਲੋਕੀ ਜਿਪਲੌਗ ਬੈਗ ਲੈ ਕੇ ਆਉਂਦੇ ਨੇ ਵੀ ਸਾਡੇ ਪਿੰਡ ਚ ਤੱਕ ਜਿਪਲੌਗ ਬੈਗ ਨਹੀਂ ਮਿਲਦੇ ਇੱਥੇ ਤੇ ਡਿਸਪੋਜ਼ੀਬਲ ਡੱਬੇ ਵੀ ਨਹੀਂ ਲੱਭਦੇ ਤਾਂ ਫਿਰ ਜੋ ਸੌਦੋਂ ਕੇ ਸਾਥ ਆਤੇ ਆ ਸ਼ਾਪਰਸ਼ੂਪਰ ਉਹ ਮੈਂ ਸੰਭਾਲ ਕੇ ਰੱਖ ਲੈਂਦੀ ਹਾਂ ਜੋ ਸਾਫ਼ ਸੁਥਰੇ ਹੁੰਦੇ ਨੇ ਚਲੋ ਜਿਹਨਾਂ ਚ ਪਾ ਕੇ ਆ ਰਾਮ ਨਾਲ ਸਬਜ਼ੀਆਂ ਇੱਥੇ ਜਿਹੜਾ ਸਬਜ਼ੀਆਂ ਵਾਲਾ ਖਾਣਾ ਹੁੰਦਾ ਨਾ ਫ੍ਰਿਜ ਦਾ ਉਹਦੇ ਵਿੱਚ ਤੁਸੀਂ ਰੱਖ ਦੇਣੇ ਨੇ ਤੇ ਧੋ ਕੇ ਨਹੀਂ ਰੱਖਣੇ ਨਹੀਂ ਤੇ ਪਾਣੀ ਲੱਗਨ ਨਾਲ ਖਰਾਬ ਹੋ ਜਾਣਗੇ ਜਦੋਂ ਤੁਸੀਂ ਕੱਢਨੇ ਨੇ ਇੱਕ ਹਫ਼ਤੇ ਤੱਕ ਇਹ ਖਰਾਬ ਨਹੀਂ ਹੁੰਦੀਆਂ ਸਬਜ਼ੀਆਂ ਐ ਵੇਖੋ ਇੱਥੇ ਮੈਂ ਜਸਬਾਤੀ ਹੋ ਗਈ ਸੀ ਆਪਣੇ ਆਰਾਮ ਨਾਲ ਦਹੀਂ ਫੁਲਕੀਆਂ ਦੇ ਵਿੱਚ ਆਲੂ ਘਟ ਕੇ ਪਾ ਰਹੀ ਸੀ ਉਬਲੇ ਹੋਏ ਨਾਲ ਪਾ ਰਹੀ ਸੀ ਮੈਂ ਟਮਾਟਰ ਤੇ ਜਿਹੜਾ ਹੈ ਨਾ ਪਿਆਜ਼ ਤੇ ਮੈਨੂੰ ਇਹ ਪਤਾ ਹੀ ਨਹੀਂ ਵੀ ਮੇਰਾ ਕੋਲਾ ਜਿਹੜਾ ਹੈ ਨਾ ਮੇਰਾ ਡੋਂਗਾ ਜਿਹੜਾ ਹੈ ਉਹ ਮੇਰੇ ਈਵਰਜ਼ ਨੂੰ ਨਜ਼ਰ ਹੀ ਨਹੀਂ ਆ ਰਿਹਾ ਕਰ ਅੱਧੀ ਵੀਡੀਓ ਰਿਕਾਰਡ ਕਰਦ ਦੁਬਾਰ ਮੈਨੂੰ ਯਾਦ ਆਇਆ ਵੀ ਮੈਂ ਇੱਕ ਨਹੀਂ ਕਰ ਦੇਖ ਤੇ ਲਵਾ ਬਸ ਦਹੀਂ ਕੇ ਅੰਦਰ ਚਟਨੀ ਕੀ ਟੁਕੜੀਆਂ ਡਾਲੀ ਆਲੂ ਡਾਲਾ ਪਿਆਜ਼ ਡਾਲਾ ਟਮਾਟਰ ਡਾਲਾ ਔਰ ਸਾਰਤ ਮੈਂ ਇਹ ਬੂੰਦੀਆਂ ਨਿਚੋੜ ਕੇ ਡਾਲ ਲਈ ਹਾਏ ਹਾਏ ਐ ਵੇਖੋ ਨਜ਼ਰ ਹੀ ਨਹੀਂ ਆਈਆਂ ਤੁਹਾਨੂੰ ਐ ਮੈਂ ਉੱਤੇ ਕਰਕੇ ਤੁਹਾਨੂੰ ਦਿਖਾਨੀ ए वेखो ए बन गई दही फुलकियाँ अब हम बनाने लगे हैं पकौड़े क्रंची पकौड़े तो ये देखें सबसे पहले हमने एक कप के जितना बेसन ले लिया उसके अंदर डाली मैंने अजवाइन उसके बाद मैंने उसके अंदर डाला जीरा और साथ में सूखा धनिया गोल हाथों पे क्रश करके डालें बड़ा इसका फिर फ्लेवर अच्छा आता है सुरख मिर्चें डाली कसूरी मेथी डाली नमक डाला आप अपने हिसाब से डाल सकते हैं तो कम ज़्यादा आप कर सकते हैं बच्चों को ए वेखो हम पानी पा के जड़ा ना एदा एक ਤੁਸੀਂ ਮਿਕਸਚਰ ਤਿਆਰ ਕਰ ਲੈਣਾ ਸਾਰੇ ਮਿਕਸਚਰ ਨੂੰ ਤੁਸੀਂ ਐ ਕਰਕੇ ਮਿਕਸ ਕਰ ਲੈਣਾ ਲੈ ਸਿਕਰਟ ਟਿਪ ਨੰਬਰ 1 ਇਸ ਕੇ ਅੰਦਰ ਆਪਨੇ ਇੱਕ ਚਮਚਾ ਆਇਲ ਘਰ ਕੇ ਡਾਲ ਦੇਣਾ ਲੈ ਫਿਰ ਤੁਹਾਡੇ ਪਕੌੜੇ ਐਡੇ ਕ੍ਰਿਸਪੀ ਬਣਨੇ ਨੇ ਤੁਸੀਂ ਇੱਧਰ ਪਕੌੜੇ ਖਾਣੇ ਨੇ ਤੇ ਜਿਹੜਾ ਨਾ ਕ੍ਰੰਚ ਕ੍ਰੰਚ ਕਿੜੀ ਕਿੜੀ ਜੀਆਂ ਆਵਾਜ਼ਾਂ ਆਣ ਗਿਆ ਇਹ ਦੇਖੋ ਜੀ ਅਸੀਂ ਨਾਲ ਰਹੇ ਤੇ ਸਰਸੋਂ ਦਾ ਆਇਲ ਕੜਾਈ ਮੇਂ ਹੈ ਡਾਕਟਰ ਅਫਾਨ ਦੀ ਪਾਈ ਵੀਡੀਓਜ਼ ਵੇਖ ਵੇਖ ਕੇ ਨਾ ਮੈਂ ਤੇ ਬੜੀ ਹੈਲਥ ਕੌਨਸ਼ੀਅਸ ਬਣ ਰਹੀ ਆ ਸਮੋਸੇ ਤੇ ਬਿਲਕੁਲ ਨਿਵਾੜਨੇ ਘਰ ਚ ਨਾ ਬਣਾਉਣੇ ਨੇ ਤੇ ਬਸ ਐ ਪਕੌੜੇ ਪਕੌੜੇ ਬਣਾ ਰਿਹਾ ਉਹ ਵੀ ਸਰਸੋਂ ਦੇ ਤੇਲ ਚ ਮੈਂ ਫਿਰ ਲਈ ਆ ਆਪਣਾ ਕੋਲਾ ਵਿੱਚ ਇਸ ਕੋਲੇ ਨਾਲ ਮੈਨੂੰ ਨਾ ਬਹੁਤ ਹੀ ਜ਼ਿਆਦਾ ਕੋਈ ਉਨਸੀਅਤ ਹੈ ਇਹਦੇ ਵਿੱਚ ਮੈਂ ਜਿਹੜਾ ਨਾ ਕੋਈ ਨਾ ਕੋਈ ਕੰਮ ਕਰਦੀ ਰਹਿਣੀ ਆ ਅੱਜ ਪਕੌੜਿਆਂ ਦਾ ਮਿਕਸਰ ਬਣਾ ਲਿਆ ਚਾਹ ਬਣਾ ਲੈਣੀ ਆ ਇਹਦੇ ਵਿੱਚ ਮੈਂ ਹੈ ਕਸਟਰਡ ਬਣਾ ਲੈਣੀ ਆ ਦਲੀਆ ਖਿਚੜੀ ਜੋ ਮੇਰਾ ਦਿਲ ਕਰੇ ਇਸ ਕੋਲੇ 'ਚ ਮੈਂ ਬਣਾਉਣੀ ਆ ਭਾਈ ਮੇਰੀ ਅੰਮੀ ਨੇ ਮੈਨੂੰ ਇਸ ਚੀਜ਼ ਦਿੱਤਾ ਸੀ ਮੈਂ ਇਹਦੇ ਪੈਸੇ ਪੂਰੇ ਕਰਦੀ ਰਹਿਣੀ ਆ ਬਰਫ ਜਮਾਣੇ ਕੇ ਸਿਰਫ ਕਾਮ ਨਹੀਂ ਹਮ ਇਸ ਸੇ ਲੇਤੇ ਇਸ ਸੇ ਹਮ ਬਹੁਤ ਕਾਮ ਲੇਤੇ ਐ ਵੇਖੋ ਸਾਰੇ ਪਕੌੜੇ ਮੈਂ ਪਾ ਦਿੱਤੇ ਨੇ ਹੁਣ ਪਕੌੜਿਆਂ ਨੂੰ ਤੁਸੀਂ ਪਾਦੇ ਨਾਲ ਹੀ ਬਿਲਕੁਲ ਜਿਹੜਾ ਨਾ ਇਹਨੂੰ ਛੇੜਨਾ ਨਹੀਂ ਹੈਗਾ ਇਹਨੂੰ 2 ਮਿੰਟ ਜ਼ਰਾ ਪੱਕਣ ਦੇਣਾ ਤੇ ਆਂਚ ਜ਼ਰਾ ਥੋੜੀ ਜੀ ਨੋਰਮਲ ਹੀ ਰੱਖਣੀ ਹੈ ਬਹੁਤਾ ਤੇਜ਼ ਤੇ ਬਹੁਤਾ ਹਲਕੀ ਨਹੀਂ ਰੱਖਣੀ 3 ਮਿੰਟ ਕੇ ਬਾਅਦ ਮੈਂ ਆਪਣੇ ਪਕੌੜੋਂ ਨੂੰ ਅੱਛੇ ਤਰੀਕੇ ਸੇ ਰਲਾਇਆ ਮਲਾਇਆ ਹਲਾਇਆ ਜੁਲਾਇਆ ਮੈਂ ਕਿ ਹੌਸ਼ ਚ ਆਓ ਹੌਸ਼ ਚ ਆਓ ਐ ਵੇਖੋ ਜ਼ਰਾ ਕ੍ਰਿਸਪੀ ਪਕੌੜੇ ਜਿਹੜੇ ਨੇ ਨਾ ਫਿਰ ਮੇਰੇ ਬਣ ਕੇ ਤਿਆਰ ਹੋ ਗਏ ਸੀ ਫਿਰ ਮੈਂ ਨਾ ਇੱਕ ਆਪਣਾ ਚਿਮਟਾ ਬੜਾ ਫੈਂਸੀ ਕਿਸਮ ਦਾ ਲੈਂਦਾ ਸੀ ਉਹਦੇ ਨਾਲ ਮੈਂ ਪਕੌੜੇ ਕੱਢਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈਂ ਤੇ ਫਿਰ ਮੈਂ ਉਹਨੂੰ ਰੱਖ ਦਿੱਤਾ ਮਿੰਟੇ ਦਿਨ ਪਕੌੜੇ ਨਹੀਂ ਸੀ ਕੱਢਨੇ ਆ ਰਹੇ ਫਿਰ ਮੈਂ ਆਪਣਾ ਵੱਡਾ ਕੱਚਾ ਚੁੱਕਿਆ ਤੇ ਪਕੌੜੇ ਕੱਢ ਲਏ ਤੇ ਨਾਲ ਮੈਂ ਐ ਵੇਖੋ ਸਾਰੇ ਪਕੌੜੇ ਮੈਂ ਕੱਢ ਲਏ ਇਸ ਕੋ हमने टिशू पेपर के ऊपर निकाल लेना है उसके बाद एक और टिशू पेपर में भी मैंने इसको रखा था ताकि जो है ना सारा एक्सेस ऑयल जो है ना वो टिशू एब्जॉर्ब ਕਰ ले ਐ ਲੋ ਬਾਕੀ ਜਿਹੜੀਆਂ ਸਬਜ਼ੀਆਂ ਬਚੀਆਂ ਸੀ ਨਾ ਉਹਨੂੰ ਤੁਸੀਂ ਜਿਹੜਾ ਮਟੀਰੀਅਲ ਬੇਸਨ ਦਾ ਬਣਾਇਆ ਸੀ ਉਹਦੇ ਵਿੱਚ ਤੁਸੀਂ ਇਹਨੂੰ ਪਾ ਲੈਣਾ ਆਰਾਮ ਨਾਲ ਐ ਵੇਖੋ ਫਿਰ ਦੂਸਰਾ ਬੈਚ ਹੋ ਰਿਹਾ ਸੀ ਫਰਾਈ ਤੇ ਬਸ ਤੁਹਾਡੇ ਕੋਈ ਅਫਤਾਰੀ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਤੁਸੀਂ ਆਪਣੇ ਨਾ ਘਰ ਚ ਆਪ ਹੀ ਰੌਣਕ ਲਾਇਆ ਕਰੋ ਪਕਵੜੇ ਬਣਾ ਲਓ ਨਾਲ ਤੁਸੀਂ ਇਦਾਂ ਹੀ ਫੁਲਕੀਆਂ ਦੀ ਸਾਂਤਰੀ ਰੈਸਪੀ ਮੈਂ ਤੁਹਾਨੂੰ ਦੇ ਦੇ ਦਿੱਤੀ ਹੈ ਬਸ ਇਹ ਬਣਾ ਕੇ ਚੁਪ ਕਰਕੇ ਸ਼ੁਕਰ ਅਲhamdulillah ਕਰਕੇ ਖਾ ਲੈਣਾ ਤਾਂ ਅਗਰ ਆਪਕੋ ਵੀਡੀਓ ਮੇਰੀ ਪਸੰਦ ਆਈ ਹੈ ਤਾਂ ਚੈਨਲ ਪਰ ਨਵੇਂ ਹੈ ਤਾਂ ਇਸ ਕੋ ਦਵਾ ਦਵ ਸਬਸਕ੍ਰਾਈਬ ਕਰ ਲੈ ਕਿਉਂਕਿ ਯਹਾਂ ਪੇ ਆਪਕੋ ਜੋ ਹੈ ਨਾ ਉਹ ਮਜ਼ੇ ਮਜ਼ੇ ਕੀ ਰੈਸਪੀਜ਼ ਮਿਲेंगी ਤੇ ਜਿਹੜਾ ਹੈ ਨਾ ਤੁਹਾਨੂੰ ਖੁਸ਼ੀ ਜੀ ਫੀਲ ਹੋਏਗੀ ਮੇਰੀ ਰੈਸਪੀ ਦੇਖ ਕੇ ਐਲੋ ਫਿਰ ਆ ਵੀ ਪਕੌੜੇ ਹੋ ਗਏ ਨੇ ਤਿਆਰ ਆ ਚਿਮਟਾ ਵੀ ਮੈਂ ਬੜਾ ਇਸਤੇਮਾਲ ਕਰਦੀ ਆ ਇਹ ਦੇਖੋ ਫਿਰ ਪਕੌੜੇ ਕਿੱਡੇ ਕਰੰਚੀ ਕਿਸਮ ਦੇ ਤਿਆਰ ਹੋ ਗਏ ਤੁਸੀਂ ਕੁਝ ਵੀ ਨਹੀਂ ਕਰਨਾ ਤੁਸੀਂ ਪਕੌੜੇ ਜਿਹੜੇ ਨੇ ਨਾ ਆਪਣੇ ਘਰ ਬਣਾ ਕੇ ਖਾ ਲੈਣੇ ਨੇ ਮੈਨੂੰ ਤੁਸੀਂ ਕਮੈਂਟ ਚ ਦੱਸਣਾ ਕਿ ਵਾਹ ਬਈ ਵਾਹ ਕਿਵੇਂ ਬਨੇ تھے ਪਕੌੜੇ ਚਲੋ ਜੀ ਦੁਆਵਾਂ ਮੇਂ ਯਾਦ ਰੱਖਿਏਗਾ ਆਪਣਾ ਬਹੁਤ ਖਿਆਲ ਰੱਖਿਏਗਾ ਚੈਨਲ ਕੋ ਸਬਸਕ੍ਰਾਈਬ ਕਰ ਲੈ ਵੀਡੀਓ ਪਸੰਦ ਆਇਆ ਤੇ ਲਾਈਕ ਕਰ ਲੈ ਬੈਲ ਆਈਕਨ ਕੋ ਪ੍ਰੈਸ ਕਰ ਲੈ ਅੱਲਾ ਹਾਫਿਜ਼